ਹਾਂਜੀ ਪਿਆਰੇ ਵਿਦਿਆਰਥੀਓ ਫਿਰ ਤੋਂ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਹਮੇਸ਼ਾ ਸਹੀ ਅਤੇ ਸਟੀਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਤੇ ਸਟੱਡੀ ਮਟੀਰੀਅਲ ਦੇ ਲਈ ਚੈਨਲ ਨਾਲ ਜੁੜਨਾ ਬਿਲਕੁਲ ਵੀ ਨਾ ਭੁੱਲੋ ਸਬਸਕ੍ਰਾਈਬ ਦਾ ਬਟਨ ਦਬਲੋ ਬੋਤੇ ਹੋਰਨਾਂ ਨਾਲ ਇਸ ਜਾਣਕਾਰੀ ਸ਼ੇਅਰ ਵੀ ਕਰਿਆ ਕਰੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਇੱਕ ਹੋਰ ਅਪਡੇਟ 10 ਜੁਲਾਈ 2024 ਨੂੰ ਜਾਰੀ ਹੋਈ ਹੈ ਤਾਂ ਇਹ ਅਪਡੇਟ ਹੈ ਉਹਨਾਂ ਕੈਂਡੀਡੇਟਸ ਦੇ ਲਈ ਜਿਹੜੇ ਜੁਆਇਨਿੰਗ ਦੇ ਲਈ ਵੇਟ ਕਰ ਰਹੇ ਨੇ MPHW ਦੇ ਪੋਸਟਾਂ ਵਾਸਤੇ 986 ਪੋਸਟਾਂ ਚੋਂ ਕੱਢੀ ਗਏ ਸਨ ਸੋ ਇਹਦੇ ਲਈ ਦੁਬਾਰਾ ਤੋਂ ਫਿਰ ਇੱਕ ਅਪਡੇਟ ਆਈ ਹੈ ਕਿ ਜਿੰਨਾਂ ਵਿਦਿਆਰਥੀਆਂ ਨੂੰ 27 ਤਰੀਕ ਤੱਕ ਦੁਬਾਰਾ ਬੁਲਾਇਆ ਸੀਗਾ ਵੈਰੀਫਿਕੇਸ਼ਨ ਵਾਸਤੇ ਤਾਂ ਉਹਨਾਂ ਵਿੱਚੋਂ ਕੁਝ ਵਿਦਿਆਰਥੀ ਜਿਹੜੇ ਉਹਨਾਂ ਨੂੰ ਦੁਬਾਰਾ ਆਪਣੇ ਅਪਡੇਟਡ ਸਰਟੀਫਿਕੇਟ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਸੀ ਠੀਕ ਹੈ ਜੀ ਬਟ ਉਹਨਾਂ ਕੋਲ ਅਪਡੇਟਡ ਸਰਟੀਫਿਕੇਟ ਉਸ ਟਾਈਮ ਤੇ ਨਹੀਂ ਹੋਣੇ ਤਾਂ ਉਹਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਗਿਆ ਹੈ ਤੇ 25 ਉਮੀਦਵਾਰ ਅਜੇ ਹੀ ਸਨ ਜਿਹੜੇ ਇਸ ਕਾਉਂਸਲਿੰਗ ਦੇ ਵਿੱਚ 27 ਤਰੀਕ ਤੱਕ ਹਾਜ਼ਰ ਨਹੀਂ ਹੋਏ ਸੀ ਤਾਂ ਉਹਨਾਂ ਵਿਦਿਆਰਥੀਆਂ ਨੂੰ ਵੀ ਇੱਕ ਵਾਰ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ 11 ਜੁਲਾਈ 2024 ਨੂੰ ਯਾਨੀ ਕਿ ਸਿਰਫ ਅੱਜ ਦਾ ਹੀ ਦਿਨ ਹੈ ਤਿਆਰੀ ਕਰਨ ਦੇ ਲਈ ਡਾਕੂਮੈਂਟਸ ਦੀ ਕਿਉਂਕਿ ਇਹੇ ਅਪਡੇਟ 10 ਜੁਲਾਈ ਦੀ ਹੈ 11 ਜੁਲਾਈ ਨੂੰ ਬੁਲਾਇਆ ਗਿਆ ਹੈ ਇਹਦਾ ਮਤਲਬ ਜਲਦੀ ਹੀ ਜੁਆਇਨਿੰਗ ਹੋਣ ਵਾਲੀ ਹੈ ਸੋ ਇਹ ਇਨਫੋਰਮੇਸ਼ਨ ਜਿਆਦਾ ਤੋਂ ਜਿਆਦਾ ਸਪਰੈਡ ਕਰੋ ਤਾਂ ਕਿ ਕੋਈ ਵੀ ਵਿਦਿਆਰਥੀ ਕਾਉਂਸਲਿੰਗ 'ਚ ਜਾਣ ਤੋਂ ਵੰਚਿਤ ਨਾ ਰਹੇ ਸੋ ਥੈਂਕ ਯੂ ਥੈਂਕਸ ਫॉर ਵਾਚਿੰਗ